ਵਿਮੈਨ ਦੀ ਇੱਕ ਇੱਜ਼ਤ ਕੀ ਹੈ ਤੁਸੀਂ ਭੁੱਲ ਚੁੱਕੇ ਹੋ। ਆਪਣੀ ਧੀ ਧੀ ਹੈ, ਦੂਜੇ ਦੀ ਧੀ ਧੀ ਨਹੀਂ ਹੈ। ਆਪਣੀ ਧੀ ਦੇ ਨਾਲ ਕੋਈ ਸਹੇਲੀ ਆ ਗਈ, ਉਹਨੂੰ ਤੁਸੀਂ ਸਿਰ ਤੋਂ ਪੈਰਾਂ ਤੱਕ ਨਾਪ ਲਓਗੇ, ਏਦਾਂ ਕਿਉਂ? ਨਹੀਂ ਪਰ ਲੱਗਦਾ ਨਹੀਂ ਹੈਗਾ, ਉਹ ਸਾਰਾ ਦੌਰ ਕੁੜੀਆਂ ਨੇ ਵੀ ਤਾਂ ਤਿਆਰ ਕਰ ਲਿਆ ਨਾ ਮਾਹੌਲ। ਕੁੜੀਆਂ ਹੋਈਆਂ ਜਾਂ ਬਣ ਗਈਆਂ ਮੇਰਾ ਵੀਰ, ਕੁੜੀਆਂ ਨੇ ਸਮਾਜ ਨੂੰ ਦੇਖ ਦੇਖ ਕੇ ਨਾ ਆਪਣੇ ਆਪ ਨੂੰ ਉਹ ਢਾਲ ਲਿਆ ਵੀ ਸਾਡੇ ਪੇਰੈਂਟਸ ਸਾਡੇ ਖਰਚੇ ਨਹੀਂ ਚੱਕ ਸਕਦੇ, ਇੱਕ ਦੂਜੇ ਦੀ ਕਾਪੀ ਕਰਨ ਦੀ ਮਾਰੀਆਂ ਨੇ, ਇੱਕ ਸਟੇਟਸ ਵਧਾ ਲਿਆ, ਇੱਕ ਸਟੈਂਡਰਡ ਇਹ ਵਧਾ ਲਿਆ ਵੀ ਮੈਂ ਬ੍ਰਾਂਡ ਪਾਉਣਾ। ਜੇ ਤੁਸੀਂ ਗੁੱਚੀ ਦਾ ਪਾਇਆ ਨਾ ਤਾਂ ਮੈਂ ਵੀ ਪਾਉਣਾ, ਉਹ ਕਿੱਥੋਂ ਆਊਗਾ ਉਹ ਮੈਟਰ ਨਹੀਂ ਕਰਦਾ, ਪਰ ਉਹਦੇ ਲਈ ਮੈਂ ਕੁਛ ਵੀ ਕਰਨ ਨੂੰ ਤਿਆਰ ਹਾਂ, ਤਾਂ ਕਿ ਮੈਨੂੰ ਚਾਰ ਜਾਣੀਆਂ ਇਹ ਨਾ ਕਹਿ ਦੇਣ ਵੀ ਤੇਰਾ ਸਟੈਂਡਰਡ ਨਹੀਂ ਹੈ, ਹੁਣ ਸਟੇਟਸ ਦੇ ਮਗਰ ਦੌੜ ਪਈ ਦੁਨੀਆ। ਹਾਂ ਮੈਂ ਅਕਸਰ ਨਾ ਤੁਸੀਂ ਵੀ ਦੇਖਿਆ ਹੋਣਾ ਵੀ ਬਹੁਤ ਸਾਰੀਆਂ ਕੁੜੀਆਂ ਸ਼ਰਾਬ ਦੇ ਨਸ਼ੇ ਦੇ ਵਿੱਚ ਚੰਡੀਗੜ੍ਹ 12-1 ਵਜੇ ਮੁੰਡੇ ਗੱਡੀਆਂ 'ਚੋਂ ਲਾਹ ਜਾਂਦੇ ਆ, ਫਿਰ ਸੜਕਾਂ 'ਤੇ ਰੋਂਦੀਆਂ। ਬਿਲਕੁਲ ਮਤਲਬ ਇੱਦਾਂ ਅਕਸਰ ਆਪਾਂ ਦੇਖਦੇ ਹਾਂ ਵੀ ਉਹ ਕੁੜੀਆਂ ਜਿਹੜੀਆਂ ਘਰੇ ਮੈਨੂੰ ਲੱਗਦੀ ਨਾ ਵੀ ਸੂਟ ਸਲਵਾਰ ਬਿਨਾਂ ਕਿਤੇ ਕਾਲਜ ਨਹੀਂ ਜਾਂਦੀਆਂ ਸੀ, ਪਰ ਉਹ ਇੱਥੇ ਆ ਕੇ ਹੁਣ ਮਾਂ ਬਾਪ ਇਹ ਫਸੇ ਪਏ ਨੇ ਵੀ ਉਹਨਾਂ ਨੂੰ ਪੜ੍ਹਾਉਣ ਨਾ ਜਾਂ ਕੀ ਨਾ ਕਰਨ, ਪੜ੍ਹਾਉਣਾ ਵੀ ਜ਼ਰੂਰੀ ਹੈ, ਠੀਕ ਹੈ ਨਾ? ਉਹ ਚੀਜ਼ਾਂ ਨੂੰ ਕੁੜੀਆਂ ਉਹ ਚੀਜ਼ਾਂ ਦੇ ਗਲਤ ਫਾਇਦੇ ਚੱਕਣ ਲੱਗੇ। ਮਤਲਬ ਮੈਂ ਨਾ ਸੱਚੀ ਤੁਹਾਨੂੰ ਦੱਸਾਂ ਵੀ ਇੱਕ ਕੁੜੀ ਹੋਣ ਦੇ ਨਾਂ 'ਤੇ ਮੈਂ ਇਹੀ ਕਹੂੰਗੀ ਵੀ ਜਿਹੜੀ ਧੀ ਨੂੰ ਆਪਦੇ ਬਾਪ ਦੀ ਪੱਗ ਦੀ ਇੱਜ਼ਤ ਨਹੀਂ ਨਾ ਹੈਗੀ ਤਾਂ ਫਿਰ ਉਹ ਸਾਰੀ ਜ਼ਿੰਦਗੀ ਧੱਕੇ ਹੀ ਖਾ ਸਕਦੀ ਹੈ, ਇਸ ਤੋਂ ਜ਼ਿਆਦਾ ਹੋਰ ਕੁਛ ਨਹੀਂ। ਨਹੀਂ ਪਰ ਉਹ ਪਿਆਰ ਨੂੰ ਕੀ ਕਹੂੰਗੇ ਜਿਹੜਾ ਨਿਤ ਰੋਜ਼ ਫੋਟੋਆਂ ਮੰਗਦਾ ਪ੍ਰਾਈਵੇਟ? ਪਿਆਰ ਨਹੀਂ ਨਾ ਹੈ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਉਹ ਪਿਆਰ ਨਹੀਂ ਨਹੀਂ ਉਹ ਜਿਹੜਾ ਹਵਸਤਾ ਹੈ, ਠੀਕ ਆ, ਉਹ ਤਾਂ ਫਿਰ ਕੁੜੀਆਂ ਨੇ ਸੋਚਣਾ ਨਾ ਵੀ ਸਾਨੂੰ ਇੱਕ ਬੰਦਾ ਸਾਡੀ ਫੋਟੋ ਮੰਗ ਰਿਹਾ, ਇਹਦਾ ਮਤਲਬ ਉਹਨੂੰ ਕੀ ਚਾਹੀਦਾ, ਸਾਡੇ ਤੋਂ ਕੀ ਚਾਹੀਦਾ। ਇਹ ਕੁੜੀਆਂ ਦੀ ਸੋਚ ਨੂੰ ਬਦਲਣਾ ਪੈਣਾ, ਕੁੜੀਆਂ ਨੂੰ ਆਪਣੇ ਉਹਨਾਂ ਨੂੰ ਸਮਝਾ ਕੋਈ ਨਹੀਂ ਸਕਦਾ ਮੇਰਾ ਵੀਰ, ਠੀਕ ਹੈ? ਤੋ ਕੋਈ ਤੁਹਾਨੂੰ ਸਮਝਾ ਸਕਦਾ ਹੈ ਕਿ ਤੁਹਾਨੂੰ ਆਪਦੇ ਆਪ ਨੂੰ ਆਪ ਹੀ ਚੇਂਜ ਕਰਨਾ ਪੈਂਦਾ, ਤੁਹਾਨੂੰ ਆਪਦਾ ਪਿੱਛਾ ਦੇਖਣਾ ਪੈਂਦਾ ਵੀ ਮੈਂ ਕਿਹੜੇ ਪਿਓ ਦੀ ਧੀ ਹਾਂ, ਕਿਹੜੀ ਮਾਂ ਨੇ ਮੈਨੂੰ ਜੰਮਿਆ, ਜਾਂ ਸਾਡੇ ਘਰ ਦਾ ਮਾਹੌਲ ਕੀ ਸੀ, ਹੈ ਨਾ, ਜਾਂ ਅਸੀਂ ਆਪਣੀ ਉਹ ਇੱਜ਼ਤ ਨੂੰ ਕਿਵੇਂ ਬਰਕਰਾਰ ਰੱਖਣਾ। ਹੁਣ ਤਾਂ ਕਈ ਵਾਰੀ ਆ ਜਿਹੜੇ ਆਪਾਂ ਦੇਖਦੇ ਆ ਵੀਡੀਓਜ਼ ਆਉਂਦੀਆਂ ਨੇ, ਕੋਈ ਕਹਿੰਦੀ ਜਿਵੇਂ ਨੰਬਰਦਾਰਾਂ ਦੀ ਕੁੜੀਆਂ, ਸਰਪੰਚਾਂ ਦੀ ਕੁੜੀਆਂ ਭੱਜ ਕੇ ਵਿਆਹ ਕਰਾ ਲਿਆ, ਉਹ ਮੈਨੂੰ ਲੱਗਦੀ ਐ ਨਹੀਂ ਪਤਾ ਵੀ ਜਿਹੜੇ ਬਾਪੂ ਨੇ ਸਾਰੀ ਉਮਰ ਉਹ ਸਰਪੰਚੀ ਲਈ ਲਾਤੀ, ਜਿਹੜਾ ਲੋਕਾਂ ਦੇ ਫੈਸਲੇ ਕਰਾਉਂਦਾ ਮਰ ਗਿਆ। ਉਹ ਕੁੜੀਆਂ ਦੇ ਇੰਟਰਵਿਊ ਕਰਨ ਤੋਂ ਬਾਅਦ ਉਹਨਾਂ ਦੇ ਪਿਓਾਂ ਦੀ ਇੰਟਰਵਿਊ ਕਰਕੇ ਤਾਂ ਦੇਖੋ, ਦੇਖੋ ਬਾਪੂ ਕੀ ਕਹਿੰਦਾ। ਬਿਲਕੁਲ, ਹੈ ਨਾ, ਉਹ ਜ਼ਹਿਰਾ ਐਵੇਂ ਥੋੜੀ ਪੀ ਰਹੇ ਨੇ, ਐਵੇਂ ਥੋੜੀ ਸੁਸਾਈਡ ਕਰ ਰਹੇ ਨੇ, ਉਹ ਪਿੱਛੇ ਕੋਈ ਤਾਂ ਕਾਰਨ ਹੈ ਨਾ। ਕਦੇ ਤੁਸੀਂ ਪਿੰਡ 'ਚ ਜਾ ਕੇ ਇੰਟਰਵਿਊ ਕਰਕੇ ਤਾਂ ਦੇਖਿਓ ਕਿ ਤੁਹਾਡੀ ਕੁੜੀ ਪੜ੍ਹਨ ਗਈ ਸੀ, ਅੱਜ ਤੁਸੀਂ ਕੀ ਮਹਿਸੂਸ ਕਰਦੇ ਹੋ, ਉਹਨਾਂ ਨੂੰ ਪੁੱਛੋ ਜਾ ਕੇ। ਬਿਲਕੁਲ, ਪਿੰਡਾਂ ਦੇ ਲੋਕ ਸਾਇਲੈਂਟ ਹੋ ਗਏ, ਉਹ ਬੋਲਣਾ ਨਹੀਂ ਚਾਹੁੰਦੇ ਕੁਛ। ਬਿਲਕੁਲ, ਕਿਉਂਕਿ ਉਹ ਖੜ ਹੀ ਨਹੀਂ ਪਾ ਰਹੇ ਕਿਸੇ ਅੱਗੇ, ਆਪਾਂ ਸੱਥ 'ਚ ਖੜੇ ਹੁੰਦੇ ਸੀ, ਹੈ ਨਾ, ਆਪਣੇ ਧੀ ਪੁੱਤ ਦੀ ਗੱਲ ਅਸੀਂ ਸੱਥ 'ਚ ਬਹਿ ਕੇ ਕਰਦੇ ਸੀ, ਅੱਜ ਕੋਈ ਕਰ ਜੂਗਾ? ਨਹੀਂ ਨਹੀਂ, ਅੱਜ ਕੋਈ ਨਹੀਂ ਕਰ ਸਕਦਾ। ਪਤਾ ਸਭ ਨੂੰ, ਸਭ ਦਾ ਪਤਾ ਵਿਮੈਨ ਦੀ ਇੱਕ ਇੱਜ਼ਤ ਕੀ ਹੈ ਤੁਸੀਂ ਭੁੱਲ ਚੁੱਕੇ ਹੋ। ਆਪਣੀ ਧੀ ਧੀ ਹੈ, ਦੂਜੇ ਦੀ ਧੀ ਧੀ ਨਹੀਂ ਹੈ। ਆਪਣੀ ਧੀ ਦੇ ਨਾਲ ਕੋਈ ਸਹੇਲੀ ਆ ਗਈ, ਉਹਨੂੰ ਤੁਸੀਂ ਸਿਰ ਤੋਂ ਪੈਰਾਂ ਤੱਕ ਨਾਪ ਲਓਗੇ, ਏਦਾਂ ਕਿਉਂ? ਨਹੀਂ ਪਰ ਲੱਗਦਾ ਨਹੀਂ ਹੈਗਾ, ਉਹ ਸਾਰਾ ਦੌਰ ਕੁੜੀਆਂ ਨੇ ਵੀ ਤਾਂ ਤਿਆਰ ਕਰ ਲਿਆ ਨਾ ਮਾਹੌਲ। ਕੁੜੀਆਂ ਹੋਈਆਂ ਜਾਂ ਬਣ ਗਈਆਂ ਮੇਰਾ ਵੀਰ, ਕੁੜੀਆਂ ਨੇ ਸਮਾਜ ਨੂੰ ਦੇਖ ਦੇਖ ਕੇ ਨਾ ਆਪਣੇ ਆਪ ਨੂੰ ਉਹ ਢਾਲ ਲਿਆ ਵੀ ਸਾਡੇ ਪੇਰੈਂਟਸ ਸਾਡੇ ਖਰਚੇ ਨਹੀਂ ਚੱਕ ਸਕਦੇ, ਇੱਕ ਦੂਜੇ ਦੀ ਕਾਪੀ ਕਰਨ ਦੀ ਮਾਰੀਆਂ ਨੇ, ਇੱਕ ਸਟੇਟਸ ਵਧਾ ਲਿਆ, ਇੱਕ ਸਟੈਂਡਰਡ ਇਹ ਵਧਾ ਲਿਆ ਵੀ ਮੈਂ ਬ੍ਰਾਂਡ ਪਾਉਣਾ। ਜੇ ਤੁਸੀਂ ਗੁੱਚੀ ਦਾ ਪਾਇਆ ਨਾ ਤਾਂ ਮੈਂ ਵੀ ਪਾਉਣਾ, ਉਹ ਕਿੱਥੋਂ ਆਊਗਾ ਉਹ ਮੈਟਰ ਨਹੀਂ ਕਰਦਾ, ਪਰ ਉਹਦੇ ਲਈ ਮੈਂ ਕੁਛ ਵੀ ਕਰਨ ਨੂੰ ਤਿਆਰ ਹਾਂ, ਤਾਂ ਕਿ ਮੈਨੂੰ ਚਾਰ ਜਾਣੀਆਂ ਇਹ ਨਾ ਕਹਿ ਦੇਣ ਵੀ ਤੇਰਾ ਸਟੈਂਡਰਡ ਨਹੀਂ ਹੈ, ਹੁਣ ਸਟੇਟਸ ਦੇ ਮਗਰ ਦੌੜ ਪਈ ਦੁਨੀਆ। ਹਾਂ ਮੈਂ ਅਕਸਰ ਨਾ ਤੁਸੀਂ ਵੀ ਦੇਖਿਆ ਹੋਣਾ ਵੀ ਬਹੁਤ ਸਾਰੀਆਂ ਕੁੜੀਆਂ ਸ਼ਰਾਬ ਦੇ ਨਸ਼ੇ ਦੇ ਵਿੱਚ ਚੰਡੀਗੜ੍ਹ 12-1 ਵਜੇ ਮੁੰਡੇ ਗੱਡੀਆਂ 'ਚੋਂ ਲਾਹ ਜਾਂਦੇ ਆ, ਫਿਰ ਸੜਕਾਂ 'ਤੇ ਰੋਂਦੀਆਂ। ਬਿਲਕੁਲ, ਮਤਲਬ ਇੱਦਾਂ ਅਕਸਰ ਆਪਾਂ ਦੇਖਦੇ ਹਾਂ ਵੀ ਉਹ ਕੁੜੀਆਂ ਜਿਹੜੀਆਂ ਘਰੇ ਮੈਨੂੰ ਲੱਗਦੀ ਨਾ ਵੀ ਸੂਟ ਸਲਵਾਰ ਬਿਨਾਂ ਕਿਤੇ ਕਾਲਜ ਨਹੀਂ ਜਾਂਦੀਆਂ ਸੀ, ਪਰ ਉਹ ਇੱਥੇ ਆ ਕੇ ਹੁਣ ਮਾਂ ਬਾਪ ਇਹ ਫਸੇ ਪਏ ਨੇ ਵੀ ਉਹਨਾਂ ਨੂੰ ਪੜ੍ਹਾਉਣ ਨਾ ਜਾਂ ਕੀ ਨਾ ਕਰਨ, ਪੜ੍ਹਾਉਣਾ ਵੀ ਜ਼ਰੂਰੀ ਹੈ, ਠੀਕ ਹੈ ਨਾ? ਉਹ ਚੀਜ਼ਾਂ ਨੂੰ ਕੁੜੀਆਂ ਉਹ ਚੀਜ਼ਾਂ ਦੇ ਗਲਤ ਫਾਇਦੇ ਚੱਕਣ ਲੱਗੇ। ਮਤਲਬ ਮੈਂ ਨਾ ਸੱਚੀ ਤੁਹਾਨੂੰ ਦੱਸਾਂ ਵੀ ਇੱਕ ਕੁੜੀ ਹੋਣ ਦੇ ਨਾਂ 'ਤੇ ਮੈਂ ਇਹੀ ਕਹੂੰਗੀ ਵੀ ਜਿਹੜੀ ਧੀ ਨੂੰ ਆਪਦੇ ਬਾਪ ਦੀ ਪੱਗ ਦੀ ਇੱਜ਼ਤ ਨਹੀਂ ਨਾ ਹੈਗੀ ਤਾਂ ਫਿਰ ਉਹ ਸਾਰੀ ਜ਼ਿੰਦਗੀ ਧੱਕੇ ਹੀ ਖਾ ਸਕਦੀ ਹੈ, ਇਸ ਤੋਂ ਜ਼ਿਆਦਾ ਹੋਰ ਕੁਛ ਨਹੀਂ। ਨਹੀਂ ਪਰ ਉਹ ਪਿਆਰ ਨੂੰ ਕੀ ਕਹੂੰਗੇ ਜਿਹੜਾ ਨਿਤ ਰੋਜ਼ ਫੋਟੋਆਂ ਮੰਗਦਾ ਪ੍ਰਾਈਵੇਟ? ਪਿਆਰ ਨਹੀਂ ਨਾ ਹੈ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਉਹ ਪਿਆਰ ਨਹੀਂ ਨਹੀਂ ਉਹ ਜਿਹੜਾ ਹਵਸਤਾ ਹੈ, ਠੀਕ ਆ, ਉਹ ਤਾਂ ਫਿਰ ਕੁੜੀਆਂ ਨੇ ਸੋਚਣਾ ਨਾ ਵੀ ਸਾਨੂੰ ਇੱਕ ਬੰਦਾ ਸਾਡੀ ਫੋਟੋ ਮੰਗ ਰਿਹਾ, ਇਹਦਾ ਮਤਲਬ ਉਹਨੂੰ ਕੀ ਚਾਹੀਦਾ।
ਸਾਡੇ ਤੋਂ ਕੀ ਚਾਹੀਦਾ, ਇਹ ਕੁੜੀਆਂ ਦੀ ਸੋਚ ਨੂੰ ਬਦਲਣਾ ਪੈਣਾ। ਕੁੜੀਆਂ ਨੂੰ ਆਪਣੇ ਉਹਨਾਂ ਨੂੰ ਸਮਝਾ ਕੋਈ ਨਹੀਂ ਸਕਦਾ ਮੇਰਾ ਵੀਰ, ਠੀਕ ਹੈ। ਤੋ ਕੋਈ ਤੁਹਾਨੂੰ ਸਮਝਾ ਸਕਦਾ ਹੈ ਕਿ ਤੁਹਾਨੂੰ ਆਪਦੇ ਆਪ ਨੂੰ ਆਪ ਹੀ ਚੇਂਜ ਕਰਨਾ ਪੈਂਦਾ, ਤੁਹਾਨੂੰ ਆਪਦਾ ਪਿੱਛਾ ਦੇਖਣਾ ਪੈਂਦਾ ਵੀ ਮੈਂ ਕਿਹੜੇ ਪਿਓ ਦੀ ਧੀ ਹਾਂ, ਕਿਹੜੀ ਮਾਂ ਨੇ ਮੈਨੂੰ ਜੰਮਿਆ, ਜਾਂ ਸਾਡੇ ਘਰ ਦਾ ਮਾਹੌਲ ਕੀ ਸੀ, ਹੈ ਨਾ, ਜਾਂ ਅਸੀਂ ਆਪਣੀ ਉਹ ਇੱਜ਼ਤ ਨੂੰ ਕਿਵੇਂ ਬਰਕਰਾਰ ਰੱਖਣਾ। ਹੁਣ ਤਾਂ ਕਈ ਵਾਰੀ ਆ ਜਿਹੜੇ ਆਪਾਂ ਦੇਖਦੇ ਹਾਂ ਵੀਡੀਓਜ਼ ਆਉਂਦੀਆਂ ਨੇ, ਕੋਈ ਕਹਿੰਦੀ ਜਿਵੇਂ ਨੰਬਰਦਾਰਾਂ ਦੀ ਕੁੜੀਆਂ, ਸਰਪੰਚਾਂ ਦੀ ਕੁੜੀਆਂ ਭੱਜ ਕੇ ਵਿਆਹ ਕਰਾ ਲਿਆ, ਉਹ ਮੈਨੂੰ ਲੱਗਦੀ ਐਂ ਨਹੀਂ ਪਤਾ ਵੀ ਜਿਹੜੇ ਬਾਪੂ ਨੇ ਸਾਰੀ ਉਮਰ ਉਹ ਸਰਪੰਚੀ ਲਈ ਲਾਤੀ, ਜਿਹੜਾ ਲੋਕਾਂ ਦੇ ਫੈਸਲੇ ਕਰਾਉਂਦਾ ਮਰ ਗਿਆ। ਉਹ ਕੁੜੀਆਂ ਦੇ ਇੰਟਰਵਿਊ ਕਰਨ ਤੋਂ ਬਾਅਦ ਉਹਨਾਂ ਦੇ ਪਿਓਾਂ ਦੀ ਇੰਟਰਵਿਊ ਕਰਕੇ ਤਾਂ ਦੇਖੋ, ਦੇਖੋ ਬਾਪੂ ਕੀ ਕਹਿੰਦਾ। ਬਿਲਕੁਲ, ਹੈ ਨਾ, ਉਹ ਜ਼ਹਿਰਾ ਐਵੇਂ ਥੋੜੀ ਪੀ ਰਹੇ ਨੇ, ਐਵੇਂ ਥੋੜੀ ਸੁਸਾਈਡ ਕਰ ਰਹੇ ਨੇ ਉਹ, ਪਿੱਛੇ ਕੋਈ ਤਾਂ ਕਾਰਨ ਹੈ ਨਾ। ਕਦੇ ਤੁਸੀਂ ਪਿੰਡ 'ਚ ਜਾ ਕੇ ਇੰਟਰਵਿਊ ਕਰਕੇ ਤਾਂ ਦੇਖਿਓ ਕਿ ਤੁਹਾਡੀ ਕੁੜੀ ਪੜ੍ਹਨ ਗਈ ਸੀ, ਅੱਜ ਤੁਸੀਂ ਕੀ ਮਹਿਸੂਸ ਕਰਦੇ ਹੋ, ਉਹਨਾਂ ਨੂੰ ਪੁੱਛੋ ਜਾ ਕੇ। ਬਿਲਕੁਲ, ਪਿੰਡਾਂ ਦੇ ਲੋਕ ਸਾਇਲੈਂਟ ਹੋ ਗਏ, ਉਹ ਬੋਲਣਾ ਨਹੀਂ ਚਾਹੁੰਦੇ ਕੁਛ। ਬਿਲਕੁਲ, ਕਿਉਂਕਿ ਉਹ ਖੜ ਹੀ ਨਹੀਂ ਪਾ ਰਹੇ ਕਿਸੇ ਅੱਗੇ, ਆਪਾਂ ਸੱਥ 'ਚ ਖੜੇ ਹੁੰਦੇ ਸੀ, ਹੈ ਨਾ, ਆਪਣੇ ਧੀ ਪੁੱਤ ਦੀ ਗੱਲ ਅਸੀਂ ਸੱਥ 'ਚ ਬਹਿ ਕੇ ਕਰਦੇ ਸੀ, ਅੱਜ ਕੋਈ ਕਰ ਜੂਗਾ? ਨਹੀਂ, ਅੱਜ ਕੋਈ ਨਹੀਂ ਕਰ ਸਕਦਾ। ਪਤਾ ਸਭ ਨੂੰ, ਸਭ ਦਾ ਪਤਾ,